ਰਾਂਝ ਹੋਇਆ ਅਤੇ ਉਹ ਮਨੁੱਖ ਵਿੱਚ ਦੁਖੀ ਹੋਇਆ ਉਹ ਮਨ ਦੇ ਵਿੱਚ ਦੁਖੀ ਹੋਇਆ ਕੀ ਹੋਇਆ ਮਨ ਦੇ ਵਿੱਚ ਕੀ ਹੋਇਆ ਉਹ ਦੁਖੀ ਹੋਇਆ ਮੇਰੀ ਉਹ ਪਿਆਰੀਓ ਭੈਣੋ ਮੇਰੇ ਦੋਸਤੋ ਜਦੋਂ ਤੁਹਾਨੂੰ ਪਰਮੇਸ਼ਵਰ ਦੇਖਦਾ ਨਾ ਗੰਦੀਆਂ ਗਾਲਾਂ ਕੱਢਦਿਆਂ ਝੂਠ ਬੋਲਦਿਆਂ ਨਿੰਦਿਆ ਚੁਗਲੀ ਕਰਦਿਆਂ ਹੇਰਾ ਫੇਰੀ ਕਰਦਿਆਂ ਬੁੱਤ ਪ੍ਰਸਤੀ ਕਰਦਿਆਂ ਜਦੋਂ ਤੁਸੀਂ ਆਪਣੇ ਮਾਂ ਪਿਓ ਨੂੰ ਪਿਆਰ ਕਰਨ ਦੀ ਬਜਾਏ ਉਹਨਾਂ ਨੂੰ ਮਾਰਦੇ ਹੋ ਉਹਨਾਂ ਨੂੰ ਕੁੱਟਦੇ ਹੋ ਆਪਣੇ ਮਾਂ ਪਿਓ ਨੂੰ ਰੋਟੀ ਦੇਣ ਦੀ ਬਜਾਏ ਉਹਨਾਂ ਦੇ ਅੱਗੋਂ ਰੋਟੀ ਖੋਹ ਲੈਂਦੇ ਹੋ ਅਤੇ ਉਦੋਂ ਕੀ ਹੁੰਦਾ ਪ੍ਰਭੂ ਕੀ ਹੁੰਦਾ ਉਹਦੇ ਪ੍ਰਭੂ ਕੀ ਹੁੰਦਾ ਖੁਸ਼ ਹੁੰਦਾ ਪ੍ਰਭੂ ਨੂੰ ਕੀ ਹੁੰਦਾ ਰਾਂਝ ਹੁੰਦੀ ਹੈ ਉਦੋਂ ਬਹੁਤ ਦੁਖੀ ਹੁੰਦਾ ਹੈ ਪਰਮੇਸ਼ਵਰ ਕਿ ਮੈਂ ਇਹੋ ਜਿਹੇ ਇਨਸਾਨ ਨੂੰ ਕਿਉਂ ਬਣਾਇਆ ਕਿਉਂਕਿ ਮੈਂ ਤੇ ਇਨਸਾਨ ਨੂੰ ਇਸ ਕਰਕੇ ਬਣਾਇਆ ਹੀ ਉਹ ਵੀ ਆਪਣੇ ਵਰਗਾ ਬਣਾਇਆ ਆਪਣੇ ਸਰੂਪ ਤੇ ਬਣਾਇਆ ਤਾਂ ਕਿ ਮੇਰੀ ਉਹ ਉਪਾਸਨਾ ਕਰੇ ਤਾਂ ਕਿ ਮੇਰੀ ਬੰਦਗੀ ਕਰੇ ਮੇਰਾ ਨਾਮ ਲਵੇ ਮੇਰੀ ਉਹ ਪਿਆਰੀਓ ਭੈਣੋ ਇਹ ਵਚਨ ਹੋ ਸਕਦਾ ਤੁਹਾਨੂੰ ਜਿਹੜੇ ਮੈਂ ਵਚਨ ਸੁਣਾਉਂਦਾ ਵਾਂ ਹੋ ਸਕਦਾ ਤੁਹਾਨੂੰ ਇਹ ਵਚਨ 'ਤੇ ਥੋੜ੍ਹਾ ਬਹੁਤਾ ਲੱਗਦਾ ਹੋਏਗਾ ਕਿ ਪਾਸਟਰ ਜੀ ਕਿਵੇਂ ਕਿਵੇਂ ਜਿਹਾ ਵਚਨ ਸੁਣਾਉਂਦੇ ਨੇ ਪਰ ਇਹੋ ਹੀ ਸੱਚਾਈ ਜੇ ਮੇਰੀ ਉਹ ਪਿਆਰੀਓ ਭੈਣੋ ਇਹ ਵਚਨ ਨੂੰ ਅਗਲੇ ਨੂੰ ਅੱਗੇ ਹੋਰ ਲੈ ਕੇ ਚੱਲਾਂਗੇ ਤਦ ਯਹੋਵਾ ਨੇ ਆਖਿਆ ਮੈਂ ਆਦਮੀ ਨੂੰ ਜਿਸ ਨੂੰ ਮੈਂ ਉਤਪਤ ਕੀਤਾ ਜਿਸ ਨੂੰ ਇਨਸਾਨ ਨੂੰ ਬਣਾਇਆ ਪਰਮੇਸ਼ਵਰ ਨੇ ਕੀ ਕੀਤਾ ਉਤਪਤਨ ਕੀਤਾ ਉਤਪਤ ਕੀਤਾ ਜਾਣੀ ਕਿ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਵਰਗਾ ਬਣਾਇਆ ਆਪਣੇ ਸਰੂਪ ਤੇ ਬਣਾਇਆ ਹੋ ਸਕਦਾ ਜਿਹੜਾ ਪਿਛਲੇ ਹਫ਼ਤੇ ਤੁਸੀਂ ਵਚਨ ਸਿੱਖਿਆ ਸੀਗਾ ਕੁਝ ਲੋਕਾਂ ਨੇ ਨਹੀਂ ਸੁਣਿਆ ਹੋਏਗਾ ਮੈਂ ਖਾਸ ਕਰਕੇ ਤੁਹਾਨੂੰ ਦੱਸਦਾ ਕਿ ਪਰਮੇਸ਼ਵਰ ਨੇ ਮੈਨੂੰ ਔਰ ਤੁਹਾਨੂੰ ਬਣਾਇਆ ਵਾਂ ਆਪਣੇ ਸਰੂਪ 'ਤੇ ਬਣਾਇਆ ਤਾਂਹੀਓ ਤਾਂ ਅਸੀਂ ਸਾਰੇ ਦੇ ਸਾਰੇ ਸੁੰਦਰ ਲੱਗ ਰਹੇ ਹਾਂ ਹੈ ਨਾ ਕਿੰਨੇ ਸੁੰਦਰ ਲੱਗਦੇ ਹਾਂ ਕਿੰਨੇ ਵਧੀਆ ਲੱਗਦੇ ਹਾਂ ਅੱਛੇ ਅੱਛੇ ਕੱਪੜੇ ਪਾਉਂਦੇ ਹਾਂ ਹੈਂ ਕਿੰਨੀ ਵਧੀਆ ਬੁੱਧ ਖੁਦਾ ਨੇ ਦਿੱਤੀ ਹੋਈ ਆ ਹੈ ਨਾ ਆਪਣੇ ਸਰੂਪ 'ਤੇ ਬਣਾਇਆ ਕੁਝ ਲੋਕਾਂ ਦਾ ਕਹਿਣਾ ਹੈ ਸਾਰੇ ਨਹੀਂ ਕੁਝ ਲੋਕ ਨੇ ਕਿ ਜਿਹੜੇ ਮਤਲਬ ਉਹਨਾਂ ਦੀਆਂ ਵਿਚਾਰਾਂ ਨਹੀਂ ਰਲਦੀਆਂ ਚਲੋ ਆਪਾਂ ਉਹਨਾਂ ਤੋਂ ਕੀ ਆਪਾਂ ਕਿਆ ਕਹਿ ਸਕਦੇ ਹਾਂ ਮੈਂ ਜਿਸ ਤਰ੍ਹਾਂ ਪਿਛਲੇ ਹਫ਼ਤੇ ਦੱਸਿਆ ਸੀ ਕਿ ਕੋਈ ਇਨਸਾਨ ਮੈਨੂੰ ਕਹਿੰਦਾ ਵੀ ਨਹੀਂ ਅਸੀਂ ਬਾਂਦਰ ਤੋਂ ਹਾਂ ਅਸੀਂ ਕਾਹਦੇ ਤੋਂ ਹਾਂ ਬਾਂਦਰ ਤੋਂ ਹਾਂ ਪਰ ਮੈਂ ਮੇਰੇ ਤੇ ਉਹਦੇ ਵਿਚਾਰ ਨਹੀਂ ਰਲੇ ਮੈਂ ਇੱਕੋ ਹੀ ਗੱਲ ਕਹੀ ਭਰਾਵਾ ਤੂੰ ਹੋਵੇਂਗਾ ਬਾਂਦਰ ਤੋਂ ਪਰ ਮੈਂ ਨਹੀਂ ਗਾ ਬਾਂਦਰ ਤੋਂ ਉਹ ਮੇਰੇ ਭਰਾ ਤੈਨੂੰ ਕਿਉਂ ਨਹੀਂ ਸਮਝ ਆ ਰਹੀ ਤੈਨੂੰ ਕਿਸ ਨੇ ਸਿਖਾ ਦਿੱਤਾ ਕਿ ਅਸੀਂ ਬਾਂਦਰ ਤੋਂ ਹਾਂ ਇਹ ਜਗ੍ਹਾ ਤੇ ਪਰਮੇਸ਼ੁਰ ਦਾ ਵਚਨ ਸਾਨੂੰ ਸੇ ਦੇ ਵਿੱਚ ਵੀ ਇਹੀ ਕਹਿ ਰਿਹਾ ਕਿ ਜਿਸ ਨੂੰ ਮੈਂ ਆਪਣੇ ਸਰੂਪ ਤੇ ਉਤਪੰਨ ਕੀਤਾ ਜਾਣੀ ਕਿ ਮੈਂ ਆਪਣੇ ਵਰਗਾ ਬਣਾਇਆ ਜਾਣੀ ਕਿ ਪਰਮੇਸ਼ਵਰ ਜਿਹੜਾ ਵਾ ਇਸੇ ਤਰ੍ਹਾਂ ਦਾ ਜਾਂ ਜਿੱਦਾਂ ਦਾ ਮੈਂ ਵਾਂ ਜਾਂ ਤੁਸੀਂ ਹੋ ਫਰਕ ਹੋ ਸਕਦਾ ਕਿਸੇ ਦਾ ਰੰਗ ਗੋਰਾ ਕਿਸੇ ਦਾ ਕਾਲਾ ਕਿਸੇ ਦਾ ਘੱਟ ਕਾਲਾ ਕਿਸੇ ਦਾ ਜ਼ਿਆਦਾ ਕਾਲਾ ਅੱਜ ਕੱਲ੍ਹ ਤਾਂ ਵੇਖੋ ਬੜੀਆਂ ਕਰੀਮਾਂ ਆ ਗਈਆਂ ਨੇ ਬਹੁਤ ਜ਼ਿਆਦਾ ਕਰੀਮਾਂ ਬੜੇ ਬੜੇ ਤਰ੍ਹਾਂ ਦੀਆਂ ਹਾਂਜੀ ਵੀ ਤੁਹਾਨੂੰ ਆਹ ਕਰੀਮ ਲਓਗੇ ਤੁਸੀਂ ਇੰਨੇ 'ਚ ਇੰਨੇ ਦਿਨਾਂ ਦੇ ਵਿੱਚ ਗੋਰੇ ਹੋ ਜਾਓਗੇ ਬੋਲੋ ਹਾਲੇਲੂਯਾ ਮੇਰੇ ਭੈਣ ਭਰਾਵੋ ਜਦੋਂ ਪ੍ਰਭੂ ਦਾ ਰੰਗ ਚੜ੍ਹਦਾ ਆਉਂਦਾ ਹੈ ਨਾ ਤਾਂ ਤੁਹਾਨੂੰ ਕਿਸੇ ਕਰੀਮ ਦੀ ਜ਼ਰੂਰਤ ਪੈਂਦੀ ਨਹੀਂ ਆ ਅਸੀਂ ਤਾਂ ਮੈਂ ਤਾਂ ਕਦੀ ਕਰੀਮ ਲਗਾਈ ਨਹੀਂ ਨਾ ਲੋੜ ਹੀ ਆ ਕਦੇ ਬਚਪਨ 'ਚ ਪਹਿਲੇ ਕਿਤੇ ਲਾਉਂਦੇ ਹੁੰਦੇ ਸੀ ਕਿਰਨ ਕਰੀਮ
ਹੁਣ ਕਦੀ ਲਾਈ ਨਹੀਂ ਆ ਤੇ ਬਹੁਤ ਸਾਰੇ ਭੈਣ ਭਰਾ ਕਹਿੰਦੇ ਪਾਸਟਰ ਜੀ ਤੁਸੀਂ ਮਤਲਬ ਲੱਗਦੇ ਹੀ ਨਹੀਂ ਹੋ ਮੇਰੇ ਭੈਣ ਭਰਾਵੋ ਅੱਜ ਦਾ ਇਨਸਾਨ ਭੁਲੇਖੇ ਚ ਆ ਮੈਂ ਤੁਹਾਡਾ ਭੁਲੇਖਾ ਕੱਢਣ ਦੇ ਲਈ ਤੁਹਾਨੂੰ ਮੈਂ ਕਹਿ ਰਿਹਾ ਕਿ ਅਸੀਂ ਬਾਂਦਰ ਤੋਂ ਨਹੀਂ ਆ ਪਰਮੇਸ਼ਵਰ ਨੇ ਆਪਣੇ ਸਰੂਪ ਤੇ ਬਣਾਇਆ ਤੇ ਆਪਣੇ ਵਰਗਾ ਬਣਾਇਆ ਆ ਜੇ ਅਸੀਂ ਬਾਂਦਰ ਤੋਂ ਹੁੰਦੇ ਤੇ ਜ਼ਰੂਰ ਸਾਡੀ ਸ਼ਕਲ ਬਾਂਦਰੇ ਬਾਂਦਰ ਵਰਗੀ ਹੁੰਦੀ ਸਾਡੀ ਮਤਲਬ ਸਾਡੇ ਖਾਨਦਾਨ ਦੇ ਵਿੱਚ ਮਤਲਬ ਜਿੱਦਾਂ ਇੱਦਾਂ ਦੀਆਂ ਐਨਕਾਂ ਥੋੜ੍ਹਾ ਲਾਈਆਂ ਹੋਣੀਆਂ ਮੂੰਹ ਕਿੱਦਾਂ ਦਾ ਹੋਇਆ ਕਰਨਾ ਹੈ ਫਿਰ ਸਾਨੂੰ ਕਿ ਧਰਤੀ ਦੀ ਲੋੜ ਨਹੀਂ ਸੀ ਫਿਰ ਸਾਨੂੰ ਦਰਖਤਾਂ ਤੇ ਜਾਣ ਦੀ ਸੜਕਾਂ ਤੇ ਨਹੀਂ ਅਸੀਂ ਚੱਲਣਾ ਕਾਹਦੇ ਤੇ ਰਹਿਣਾ ਸੀ ਹੈਂ ਫਿਰ ਕਾਲਜ ਸਕੂਲ ਦੀ ਜ਼ਰੂਰਤ ਨਹੀਂ ਸੀ ਪੈਣੀ ਫਿਰ ਕਾਹਦੀ ਲੋੜ ਪੈਣੀ ਸੀ ਵੱਡੇ ਵੱਡੇ ਬਾਗ ਲਾਉਣ ਦੀ ਲੋੜ ਪੈਣੀ ਸੀ ਬਾਗਾਂ ਦੇ ਉੱਤੇ ਕਦੀ ਉਸ ਭੁੜਕੀ ਮਾਰੀ ਤੇ ਚੱਲ ਉਹ ਟਹਿਣੀ ਤੇ ਭੁੜਕੀ ਮਾਰੀ ਤੇ ਚੱਲ ਹੈਂ ਆਪਣੀ ਨਾਲ ਦੀ ਬਾਂਦਰੀ ਨੂੰ ਕਿਹਾ ਚੱਲ ਹੁਣ ਉਧਰੋਂ ਖਾ ਕੇ ਆਈਏ ਜਰਾ ਅੰਬ ਖਾ ਕੇ ਆਈਏ ਹੈਂ ਮੇਰੇ ਪਿਆਰੇ ਦੋਸਤੋ ਖੁਦਾ ਨੇ ਸਾਨੂੰ ਇੰਨੀ ਵਧੀਆ ਬੁੱਧ ਦਿੱਤੀ ਆ ਇੰਨਾ ਵਧੀਆ ਗਿਆਨ ਦਿੱਤਾ ਵਾ ਇੱਥੇ ਲਿਖਿਆ ਕਿ ਆਪਣੇ ਸਰੂਪ ਤੇ ਬਣਾਇਆ ਕਦੋਂ ਦੁਖੀ ਹੋਇਆ ਪਹਿਲੋਂ ਖੁਸ਼ ਹੋਇਆ ਜਦੋਂ ਉਹਨੇ ਆਦਮੀ ਨੂੰ ਬਣਾਇਆ ਆਪਾਂ ਹੁਣੇ ਸਿੱਖਿਆ ਸੀਗਾ ਕਿ ਉਹ ਕੀ ਹੋਇਆ ਆਨੰਦ ਹੋਇਆ ਤੇ ਬਾਅਦ ਚ ਕੀ ਹੋਇਆ ਉਹਨੂੰ ਉਹਦੇ ਤੇ ਜਦੋਂ ਉੱਟ ਪਟੰਗ ਗੱਲਾਂ ਕਰਨ ਲੱਗ ਪਿਆ ਨਾ ਤੇ ਉਦੋਂ ਕੀ ਲੱਗਦਾ ਪਰਮੇਸ਼ਵਰ ਨੂੰ ਕੀ ਹੁੰਦਾ ਉਹਦੇ ਤੇ ਦੁੱਖ ਲੱਗਦਾ ਕਿ ਮੈਂ ਇਹਨੂੰ ਇੰਨੀ ਵਧੀਆ ਬੁੱਧ ਦਿੱਤੀ ਗਿਆਨ ਦਿੱਤਾ ਸਮਝ ਦਿੱਤੀ ਆ ਉਹ ਮੇਰੀਓ ਪਿਆਰੀਓ ਭੈਣੋ ਇਸ ਵਚਨ ਨੂੰ ਮੇਰੇ ਦੋਸਤੋ ਸਮਝਣ ਦੀ ਜ਼ਰੂਰਤ ਆ ਇਹ ਵਚਨ ਸਮਝ ਲਓ ਪਰਮੇਸ਼ਵਰ ਦੁਖੀ ਹੁੰਦਾ ਜੇ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਜੇ ਪਰਮੇਸ਼ਵਰ ਦੁਖੀ ਹੁੰਦਾ ਜਦੋਂ ਤੁਸੀਂ ਬੁੱਤ ਪ੍ਰਸਤੀ ਕਰਦੇ ਹੋ ਪਰਮੇਸ਼ਵਰ ਦੁਖੀ ਹੁੰਦਾ ਜਦੋਂ ਤੁਸੀਂ ਸੱਪਾਂ ਤੇ ਕੜੀਸਣ ਵਾਲਿਆਂ ਦੀ ਜਾਨਵਰਾਂ ਦੀ ਭਗਤੀ ਕਰਦੇ ਹੋ ਤੇ ਉਦੋਂ ਕੀ ਹੁੰਦਾ ਪਰਮੇਸ਼ਵਰ ਨੂੰ ਕੀ ਲੱਗਦਾ ਵਾ ਦੁੱਖ ਲੱਗਦਾ ਫਿਰ ਪੜ੍ਹਦੇ ਹੋ ਇਹਨੂੰ ਪੂਰੀ ਆਇਤ ਪੜ੍ਹਦੇ ਹੋ ਬਣਾਉਣ ਤੋਂ ਰੰਜ ਹੋਇਆ ਧਰਤੀ ਤੇ ਬਣਾਇਆ ਉਹਨੇ ਤੇ ਉਹਨੂੰ ਕੀ ਲੱਗਾ ਵਾ ਦੁੱਖ ਲੱਗਾ ਕਿ ਯਾਰ ਇਹੋ ਜਿਹੇ ਇਨਸਾਨ ਮੈਂ ਤੇ ਇਹੋ ਜਿਹਾ ਬਣਾਇਆ ਹੀ ਨਹੀਂ ਇਹ ਕਿੱਦਾਂ ਦਾ ਹੋ ਗਿਆ ਧਰਤੀ ਤੇ ਆਇਆ ਤੇ ਕਿੱਦਾਂ ਬਣ ਗਿਆ ਇਹ ਧਰਤੀ ਤੇ ਆ ਕੇ ਧਰਤੀ ਤੇ ਬਣਾਇਆ ਕਿੱਦਾਂ ਬਦਲ ਗਿਆ ਏ ਬਹੁਤ ਦੁਖੀ ਹੁੰਦਾ ਆ ਮੇਰੀਓ ਪਿਆਰੀਓ ਭੈਣੋ ਪਰ ਪ੍ਰਸੰਨ ਕਦੋਂ ਹੁੰਦਾ ਜਦੋਂ ਤੁਸੀਂ ਆਪਣੇ ਭੈੜੇ ਰਾਵਾਂ ਨੂੰ ਛੱਡ ਕੇ ਤੋਬਾ ਕਰ ਲੈਂਦੇ ਹੋ ਤੋਬਾ ਕਰ ਲੈਂਦੇ ਹੋ ਤੋਬਾ ਦਾ ਮਤਲਬ ਆ ਕਿ ਆਪਣੇ ਭੈੜੇ ਰਾਹ ਨੂੰ ਛੱਡ ਕੇ ਦੁਨੀਆਦਾਰੀ ਨੂੰ ਛੱਡ ਕੇ ਦੁਨੀਆਦਾਰੀ ਦੀਆਂ ਗੱਲਾਂ ਨੂੰ ਛੱਡ ਕੇ ਸਾਰਾ ਕੁਝ ਛੱਡ ਕੇ ਜੇ ਨੌਕਰੀ ਤੇ ਹੋ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਯਸੂ ਦੀ ਸੇਵਾ ਕਰਨੀ ਆ ਫਿਰ ਨੌਕਰੀ ਛੱਡ ਕੇ ਪ੍ਰਭੂ ਦੇ ਪਿੱਛੇ ਆਓ ਮਜ਼ਾ ਤੇ ਤਾਂ ਦੇ ਆਉਂਦਾ ਫਿਰ ਪਤਾ ਲੱਗਦਾ ਕਿ ਅਸੀਂ ਪ੍ਰਭੂ ਦੇ ਕੀ ਆ ਸੇਵਕ ਆ ਮੇਰੀਓ ਪਿਆਰੀਓ ਭੈਣੋ ਦੋਗਲਾਪਨ ਪ੍ਰਭੂ ਨੂੰ ਪਸੰਦ ਨਹੀਂ ਆ ਪ੍ਰਭੂ ਨੂੰ ਦੋਗਲੇਪਨ ਤੋਂ ਕੀ ਆਉਂਦੀ ਆ ਨਫ਼ਰਤ ਆਉਂਦੀ ਆ ਮੈਂ ਆਪਣੀ ਗੱਲ ਵੀ ਕਰਦਾ ਜੇ ਮੈਂ ਵੀ ਦੋਗਲਾਪਨ ਕਰਾਂਗਾ ਨਾ ਦੋਗਲਾ ਹੋਵਾਂਗਾ ਹੈ ਇੱਧਰ ਜੱਸੂ ਦੇ ਤੇ ਇੱਧਰਲੇ ਪਾਸੇ ਕੱਥੂ ਦੇ ਹੈ ਇੱਧਰੋਂ ਆਉਣ ਦਿਓ ਬਸ ਦੇਣਾ ਨਹੀਂ ਆ ਆਈ ਜਾਵੇ ਦੇਣਾ ਨਹੀਂ ਆ ਪਰ ਬਾਣੀ ਦੇ ਵਿੱਚ ਲਿਖਿਆ ਲੈਣ ਨਾਲੋਂ ਦੇਣਾ ਜ਼ਿਆਦਾ ਬਿਹਤਰ ਆ ਮੇਰੇ ਪਿਆਰੇ ਪਿਆਰੇ ਭੈਣ ਭਰਾਵੋ ਪਰਮੇਸ਼ਵਰ ਦੁਖੀ ਹੁੰਦਾ ਆ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਪਰਮੇਸ਼ਵਰ ਨੂੰ ਕੀ ਲੱਗਦਾ ਦੁੱਖ ਲੱਗਦਾ ਹੈ ਅੱਜ ਭੈੜੇ ਰਾਹ ਛੱਡ ਕੇ ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਵਰ ਸਾਡੇ ਤੋਂ ਪ੍ਰਸੰਨ ਹੋਵੇ ਸਾਡੇ ਤੇ ਖੁਸ਼ ਹੋਵੇ ਤੇ ਫਿਰ ਕੀ ਕਰੋ ਤੋਬਾ ਕਰੋ ਭੈੜੇ ਰਾਹ ਨੂੰ ਛੱਡ ਦਿਓ ਤੇ ਯਸੂ ਵੱਲ ਆ ਜਾਓ
यीशु तुहाडा की कर रहा जे इंतजार कर रहा जे प्रभु।